ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਦੇ ਬਾਬਾ ਗੁਰੂ ਨਾਨਕ ਅਰੇਟੋਰੀਅਮ ਚ ਮੰਨੇ ਪਰ ਮੰਨੇ ਸ਼ਾਇਰ ਖੋਜਕਾਰ ਤੇ ਸੂਝਵਾਨ ਪ੍ਰੋਫੈਸਰ ਜੁਨੇਦ ਅਕਰਮ ਹੋਰਾਂ ਦੀ ਪਹਿਲੀ ਬਰਸੀ ਦੇ ਮੌਕੇ ਉਤੇ ਇਕੱਠ ਹੋਇਆ ਜਿਦੇ ਵਿੱਚ ਅਜੋਕੇ ਵੇਲੇ ਦੇ ਵੱਡੇ ਨਾਵਾਂ ਰਲਤ ਕੀਤੀ ਤੇ ਮਾਂ ਬੋਲੀ ਦੇ ਮਹਾਨ ਸੇਵਕ ਨੂੰ ਸਲਾਮੀ ਪੇਸ਼ ਕੀਤੀ ਜਿੱਥੋਂ ਤੱਕ ਜੁਨੇਦ ਔਰਾਂ ਦਾ تعلق ਔਰ ਜਿਹੜੀ ਮੈਂ ਪਹਿਲੇ ਗੱਲ ਕੀਤੀ ਸੀ ਨਾ ਕਿ ਸਾਨੂੰ ਅਗਰ ਥੋੜਾ ਜਿਹਾ ਕੋਈ ਇੱਕ ਅੱਧਾ ਸਫ਼ਾ ਲਿਖਣਾ ਪਵੇ ਤੇ ਪ੍ਰੋਬਲਮ ਵਿੱਚ ਪੈ ਜਾਂਦੇ ਆਂ ਔਰ ਕਹਿੰਨੇ ਆ ਕਿ ਇਹ ਭਾਰ ਪਾਣੇ ਆ ਉਸ ਬੰਦੇ ਨੇ ਬੜੇ ਅਰਸੇ ਤੋਂ ਪਤਾ ਚੱਲ ਗਿਆ ਸੀ ਕਿ ਮੇਰੇ ਨਾਲ ਇਹ ਮਸਲਾ ਆਏਗਾ ਉਸ ਦੌਰਾਨ ਉਹ ਜਿੰਨਾ ਕੰਮ ਕਰਦਾ ਰਿਹਾ ਔਰ ਪੰਜਾਬੀ ਔਰ ਪੰਜਾਬ ਦੇ ਨਾਲ ਤਾਲੁਕ ਰੱਖਣ ਵਾਲਾ ਉਹ ਪੂਰੇ ਪਾਕਿਸਤਾਨ ਵਿੱਚ ਜਿੱਥੇ ਵੀ ਬੰਦਾ ਸੀ ਉੱਥੇ ਤੀ ਕੋਈ ਚੀਜ਼ ਪਹੁੰਚਾਉਂਦਾ ਸੀ ਮਾਰਚ 1996 ਜਦੋਂ ਪਖੀਰ ਦਾ ਪਹਿਲਾ ਸ਼ਮਾਰਾ ਮਾਰਕੀਟ ਵਿੱਚ ਮਾਰਕੀਟ ਵਿੱਚ ਆਇਆ ਤਾਂ 200 ਦੇ ਲਗਭਗ ਦੋਸਤਾਂ ਨੂੰ ਪਰਚਾ ਪੋਸਟ ਹੋਇਆ ਉਹਨਾਂ ਵਿੱਚੋਂ ਇੱਕ ਨਾਮ ਜੁਨੈਦ ਅਕਰਮ ਸਾਹਿਬ ਦਾ ਵੀ ਸੀ ਉਹਨਾਂ ਨੂੰ ਪਰਚਾ ਰੈਗੂਲਰ ਜਾਂਦਾ ਸੀ ਤਾਂ ਉਹ ਵੀ ਆਪਣਾ ਪਰਚਾ ਪੰਜਾਬੀ ਕਲ ਜਿੰਦੇ ਸਨ ਪ੍ਰੋਫੈਸਰ ਮੁਹੰਮਦ ਜੁਨੈਦ ਅਕਰਮ ਜੀ ਹੋਰ ਉਹਨਾਂ ਮੇਰੀ ਮੁਲਾਕਾਤਾਂ ਦਾ سلسلہ ਬਾਬਾਏ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਨੰਬਰ ਸ਼ਾਇਆ ਹੋਣ ਤੋਂ ਸ਼ੁਰੂ ਹੋਇਆ ਜੁਨੈਦ ਅਕਰਮ ਸਾਹਿਬ ਨਾਲ ਮੇਰਾ ਤਾਰਫ਼ ਜਿਹੜਾ ਸਨ 2000 ਵਿੱਚ ਹੋਇਆ ਮੇਰੇ ਬਹੁਤ ਹੀ ਅੱਛੇ ਦੋਸਤਾਂ ਦਾਬਾਸ ਨਜਮੀ ਸਾਹਿਬ ਉਹਨਾਂ ਦੇ ਤਵਸਤ ਨਾਲ ਔਰ ਉਸ ਤੋਂ ਬਾਅਦ ਏਡੀ ਗੂੜੀ ਜਫੀ ਪਈ ਕਿ ਉਹ ਉਹਨਾਂ ਦੇ ਦੁਨੀਆ ਤੋਂ ਟੁਰ ਜਾਣ ਕਰ ਕਾਇਮ ਧਾਇਮ ਰਹੀ ਜਨਾਬ ਇਹ ਪ੍ਰੋਫੈਸਰ ਜੁਨੇਦ ਅਕਰਮ ਸਾਹਿਬ ਦੀ ਹਯਾਤੀ ਦੇ ਵਿੱਚ ਵੀ ਉਹਨਾਂ ਦੇ ਨਾਲ ਅਸੀਂ ਇਹ ਇਕੱਠੇ ਰਹੇ ਆ ਪੰਜਾਬੀ ਲਿਖਣ ਪੜਨ ਵਾਲੇ ਟੁਰ ਵੀ ਗਏ ਨੇ ਤੇ ਅਸੀਂ ਉਹਨਾਂ ਨੂੰ ਇਹ ਸਮਝਦੇ ਕਿ ਉਹ ਚਲੇ ਗਏ ਹੁਣ ਵੀ ਸਾਡੇ ਨਾਲ ਹੀ ਨੇ ਤੇ ਇਹ ਇਹ ਪਿਆਰ ਇਹ WhatsApp ਇਸ਼ਕ ਦੀ ਗੱਲ ਹੈ ਔਰ ਆਸ਼ਕਾਂ ਲੋਕਾਂ ਦੀਆਂ ਜਿਹੜੀਆਂ ਨੇ ਇਹ ਖੇਡਾਂ ਨੇ ਇੱਕ ਮਾਮਲੀ ਸੇਵਕ ਜਨੇਦ ਅਕਰਮ ਜੀ ਤੇ ਦੂਜਾ ਉਹ ਫੁੱਲ ਜਿ ਦੀਆਂ ਖੁਸ਼ਬੂਆਂ ਜਿਨੇ ਹਸਾਸ ਆ ਕੇ ਸਾਡੀਆਂ ਮੱਖੀਆਂ ਕੱਢ ਦਿੱਤੀਆਂ ਸਾਨੂੰ ਰੋਣ ਹੀ ਨਹੀਂ ਦਿੱਤਾ ਉਸ ਗੱਲ ਤੇ ਉਸ ਸ਼ੇਰ ਤੇ ਕਟੁਰ ਜਾਵੇਂ ਤੇ ਰੋਣ ਤੇ ਸੇਲੇਮਤ ਸਾਹਿਬ ਵੀ ਸਾਡੇ ਕਾਲਜ ਮੌਜੂਦ ਨੇ ਉਹਨਾਂ ਦੀ ਨਿਸ਼ਾਨੀ ਹੈ ਉਹਨਾਂ ਦੇ ਤੌਰ ਤੇ ਜਨੇਦ ਅਕਰਮ ਨਾਲ ਮੁਲਾਕਾਤ ਬਜ਼ਮੇ ਫਕੀਰ ਬਣਾਈ 2010 ਵਿੱਚ ਤੇ ਮੈਂ ਆਇਆ ਮੈਂ ਕਿਹਾ ਅਸੀਂ ਇਸ ਤਰ੍ਹਾਂ ਮੁਸ਼ਾਇਰਾ ਰੱਖਿਆ ਤੇ ਬਾਬਾ ਨਜਮੀ ਸਾਹਿਬੀ ਉੱਥੇ ਤਸ਼ਰੀਫ ਲੈ ਕੇ ਗਏ ਤੇ ਮੈਂ ਕਿਹਾ ਤੁਸੀਂ ਇਹ ਯਾਰ ਮੇਰੀ ਤबीयत ਨਹੀਂ ਠੀਕ ਮੈਂ ਨਾ ਬਿਮਾਰ ਆ ਤੇ ਮੈਂ ਕਿਹਾ ਜੇ ਤੁਸੀਂ ਆਓਗੇ ਤੇ ਅਸੀਂ ਵੀ ਵੱਲ ਹੋ ਜਾਵਾਂਗੇ ਨਹੀਂ ਤੇ ਅਸੀਂ ਵੀ ਬਿਮਾਰ ਬਹਰ ਹਾਲ ਉਹਨਾਂ ਨਾਲ ਇਹ ਮੁਲਾਕਾਤ ਸੀ ਜੁਨੈਦ ਸਾਹਿਬ ਜੀ ਮੈਂ ਗੱਲ ਕਰ ਰਿਹਾ ਹਾਂ ਕਿ ਅਸੀਂ ਕਿ ਸਮਝਦੇ ਹਾਂ ਕਿ ਸੁਹੇਲ احمد ਚੁਕੇ ਸਟੇਜ ਤੇ ਨੇ ਅੱਲਾਹ ਤਾਲਾ ਨੇ ਉਹਨੂੰ ਉੱਤੇ ਲਾਗੇ ਨੇ ਉਹ ਇਹ ਸਾਰੀ ਭਰਾ ਵਾਸ ਸੋ ਬਾਤ ਨੇ ਤੇ ਜੁਨੈਦ ਸਾਹਿਬ ਜੀ ਮੈਂ ਤੁਹਾਨੂੰ ਕੁਝ ਮਿਸਾਲਾਂ ਦੇਾਂ ਕਿ ਉਹ ਐਸੀ ਅਸੀਂ ਗੱਲ ਕਰਦੇ ਹੁੰਦੇ ਸਨ ਕਿ ਬੰਦੇ ਦੀ ਹਾਸ ਹਾਸ ਕੇ ਅੱਖੀਆਂ ਟੁੱਟ ਜਾਂਦੀਆਂ ਇਹ ਸ਼ਾਇਦ ਕਿਸੇ ਨੂੰ ਨਹੀਂ ਪਤਾ ਕਿ ਮੇਰਾ ਮੈਂ ਸਮਝਦਾ ਹਾਂ ਕਿ ਇਹਨਾਂ ਦੇ ਵਿੱਚ ਬੜਾ ਵੱਡਾ ਆਰਟਿਸਟ ਜਿਹੜਾ ਉਹ ਛੁਪਿਆ ਹੈ ਤੇ ਮੈਂ ਜੁਨਾਇਦ ਸਾਹਿਬ ਨੂੰ ਲੈ ਕੇ ਨੇ ਤੂੰ ਮੇਰੇ ਦੋਸਤ ਹਨ ਤਾਰਕ ਜਮੀਲ ਜਿਹਨਾਂ ਰਾਹੇ ਪ੍ਰੋਡਿਊਸ ਕੀਤਾ ਆਂਚ ਕੀਤਾ ਤੇ ਉਹਨਾਂ ਉਹਨਾਂ ਹਿਸਾਬ ਦਾ ਓਕੇ ਵੀ ਕਰ ਦਿੱਤਾ ਕਿ ਬਈ ਇਹ ਪੂਰੇ ਚਾਂਦ ਦੀ ਰਾਤ ਡਰਾਮਾ ਬਣ ਰਿਹਾ ਤੇ ਇਹਦੇ ਵਿੱਚੋਂ ਵਿਲਨ ਦਾ ਰੋਲ ਇਹ ਪਲੇ ਕਰਨ ਦੇ ਤੇ ਉਹ ਲੇਕਿਨ ਕੋਈ ਐਸਾ ਇਤਫਾਕ ਹੋਇਆ ਕਿ ਉਹ ਨਾ ਕਰ ਸਕੇ ਕਿ ਮੈਨੂੰ ਕਹਿਣ ਕਮੰਡ ਸਾਹਿਬ ਤੁਸੀਂ ਕਿਹੜੇ ਪਾਸੇ ਮੈਨੂੰ ਲਾ ਦਿੱਤਾ ਅੱਛਾ ਦੂਸਰਾ ਇਹ ਸੀ ਕਿ ਚੁੱਕਿ ਉਹ ਪਿੰਡੋਂ ਕਿਸੇ ਜਾਂ ਅਜ਼ੀਜ਼ਾਂ ਦੋਸਤਾਂ ਨੇ ਆਉਣਾ ਤੇ ਉਹਨਾਂ ਇਹ ਜਿਹੜੇ ਉਹ ਪਿੰਡਾਂ ਵਾਲੇ ਦੋਸਤ ਹੁੰਦੇ ਨੇ ਉਹ ਇਹ ਸਮਝਦੇ ਨੇ ਕਿ ਹੋਰੇ ਲਾਹੌਰ ਹੈ ਤੇ ਉੱਥੇ ਡੀਸੀ ਲੱਗਾ ਹੈ ਉਹਨਾਂ ਕਹਿਣਾ ਜੀ ਉਹ ਸਟੇਜ ਡਰਾਮਾ ਵੇਖਣਾ ਹੈ ਹੁਣ ਉਹਦੇ ਬਾਬਾ ਮਹਿੰਗੀ ਟਿਕਟ ਹੁੰਦੀ ਸੀ ਔਰ ਮੇਰੇ ਖਿਆਲ ਚ ਮੈਂ ਜਿੰਨੇ ਵੀ ਸਟੇਜ ਡਰਾਮੇ ਵੇਖੇ ਨੇ ਉਹ ਜੁਨੈਦ ਸਾਹਿਬ ਦੀ ਵਜ੍ਹਾ ਨਾਲ ਵੇਖੇ ਨੇ ਉਹ ਬਸ ਇਹ ਵਾਕਿਆ ਮੈਨੂੰ ਯਾਦ ਰਹਿੰਦਾ ਕਿ ਜਦੋਂ ਬਿਮਾਰ ਸਨ ਮੈਨੂੰ ਮਿਲਣ ਦੀ ਖਤਰਾ ਆਏ ਸਨ ਆਪ ਆਏ ਸਨ ਲੇਕਿਨ ਮੈਨੂੰ ਨਹੀਂ ਪਤਾ ਕਿ ਰਮਨਾ ਕੀਤਾ ਹੈ ਮੈਂ ਫੌਰੀ ਤੌਰ ਤੇ ਗਿਆ ਸਭਨਾ ਦੇ ਬੋਤਲ ਲੈ ਆਇਆ ਲਗੇ ਦਿੱਤੀ ਮੈਨੂੰ ਕਹਨ ਲੱਗਿਆ ਯਾਰ ਮੈਨੂੰ ਡਾਟ ਨਾ ਮਨਣਾ ਕਿਸੇ ਵੀ ਹੈ ਤੇ ਮੈਂ ਉਹ ਕਰਤੋਂ ਖੋਹ ਦੀ ਕੋਸ਼ਿਸ਼ ਕੀਤੀ ਕਿ ਮੈਂ ਕੁਝ ਫੁਰਜੀ ਲੈਣਾ ਕਹਿੰਦੇ ਨੇ ਨਹੀਂ ਜਿਸ ਮੁਹੱਬਤ ਨਾਲ ਤੂੰ ਗਰਮੀ ਚੁੱਕਿਆ ਹੈ ਨਾ ਲੈਣ ਦੀ ਖਾਤਰ ਮੈਨੂੰ ਤੇਰੀ ਮੁਹੱਬਤ ਦੇਖਣੀ ਹੈ ਮੈਂ ਬੋਤਲ ਨਹੀਂ ਦੇਖਣੀ ਮੈਂ ਬੋਤਲ ਹੀ ਵੀਵਾਗਾ 10 ਤੋਂ 11 ਸਾਲ ਹਫਤੇ 'ਚ ਤਿੰਨ ਡਾਇਲਿਸਿਸ ਕਰਾਣਾ ਆਸਾਨ ਕੰਮ ਨਹੀਂ ਹੈ सिटी की डॉक्टर फकीर मुहमद फकीर दी, वास्ते ऐसे ही अरसे बहुत थोड़े दो तीन साल च सोलह किताबा भी छाप देना वह ऐसे बंद काम है ऐसे सन कि मुहब्बत तो मेरी इकबाल है ही है जानते ही हो गए तुम सारे नंगे पैर ही जाते सन सियालकोट जुत्ती पा के नहीं गए कह लगे मैं वो, ਲੁਕ ਬਾਬੇ ਨਾਲ ਬਣਾ ਰਿਆ ਸੀ ਤੇ ਉਹਨਾਂ ਨੇ ਕਿਹਾ ਨਹੀਂ ਉਹ ਤੇ ਘਰ ਤੂੰ ਉਧਰ ਜਾ ਨਾਨੇ ਦੇ ਕੋਲ ਤੇ ਮੇਰਾ ਹੱਥ ਜਿਹੜਾ ਇਕਬਾਲ ਨੇ ਦਿੱਤਾ ਡਾਕਟਰ ਸਾਹਿਬ ਦੇ ਹੱਥ ਦੇ ਵਿੱਚ ਮੈਨੂੰ ਹੁਣ ਕੋਈ ਹੋਰ ਨਾ ਸੁਜੇ ਮੈਨੂੰ ਹੁਣ ਕੋਈ ਹੋਰ ਨਾ ਸੁਜੇ ਇਸ਼ਕ ਉਹਦੇ ਵਿੱਚ ਹੋਇਆ ਚੱਲਾ ਹੋ ਇਸਕੋ ਦੇ ਵਿੱਚ ਹੋਇਆ ਚੱਲਾ ਜ਼ਾਤ ਆਪਣੀ ਵਿੱਚ ਕਲਮ ਕੱਲਾ ਸਭ ਤੋਂ ਸੋਹਣਾ ਮੇਰਾ ਅੱਲਾ ਹਵਾਏ ਨੀ ਮਦੀਨੇ ਪਾਕ ਜਾਣੀ ਮੇਰੇ ਆਕਾ ਨੂੰ ਦੁੱਖ ਮੇਰਾ ਸੁਨਾਹੀ ਮੇਰੇ ਆਕਾ ਨੂੰ ਦੁੱਖ ਮੇਰਾ ਸੁਨਾਹੀ ਗੱਲ ਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਜੁਨੈਦ ਅਕਰਮ ਹੋਰਾਂ ਜਿੱਥੇ ਅਦਬ ਦੀ ਸੇਵਾ ਕੀਤੀ ਉੱਥੇ ਹੀ ਉਹਨਾਂ ਮਾਂ ਬੋਲੀ ਦਾ ਝੰਡਾ ਚੁੱਕਣ ਵਾਲਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਪੰਜਾਬੀ ਹੋਣ ਦਾ ਹੱਕ ਦਾ ਕੀਤਾ ਜੁਨੈਦ ਸਾਹਿਬ ਲਈ ਜਿਹੜੀ ਅੱਜ ਮੇਜ਼ਬਾਨੀ ਕਰ ਰਹੇ ਆ ਜਿਹੜਾ ਇਕੱਠ ਹੋ ਰਿਹਾ ਇਹ ਪੰਜਾਬ ਹਾਊਸ ਲਈ ਬੜੀ ਇਮਾਨ ਦੀ ਗੱਲ ਹੈ ਦੂਸਰੀ ਗੱਲ ਜਿੰਨਾ ਮੈਂ ਉਹਨਾਂ ਨੂੰ ਪੜਿਆ ਮੈਂ ਸ਼ੁਰੂ ਦਿਨ ਤੋਂ ਮੇਰੀ ਪੰਜਾਬੀ ਦੇ ਹਵਾਲੇ ਨਾਲ ਜਿਹੜੀ ਜੁੜਤ ਹੈ ਉਹਦੀ ਇੱਕ ਸ਼ਿਕਾਇਤ ਆਪਣੇ ਸ਼ਾਇਰਾਂ ਨਾਲ ਲੈ ਰਹੀ ਕਿ ਬਾਬੇ ਨਜਮੀ ਤੋਂ ਇਲਾਵਾ ਜਾਂ ਕੁਝ ਹੋਰ ਦੋਸਤਾਂ ਤੋਂ ਇਲਾਵਾ ਅਸੀਂ ਬੇਸ਼ਤਰ ਸਾਡੇ ਸ਼ੋਰਾਏ ਇਕਰਾਮ ਉਹ ਅਲਫਾਜ਼ ਇਸਤੇਮਾਲ ਕਰਦੇ ਨੇ ਜਿਹੜੇ ਨਵੀਂ نسل ਨੂੰ ਸਮਝ ਨਹੀਂ ਆਉਂਦੇ ਜਾਂ ਉਹ ਬਹੁਤ ਪੁਰਾਣੇ ਨੇ ਆਪਣੇ ਮਾਜ਼ੀ ਨਾਲ ਜੁੜਨਾ ਬਹੁਤ ਅੱਛੀ ਗੱਲ ਹੈ ਲੇਕਿਨ ਆਪਣੇ ਮਾਜ਼ੀ ਦੀ ਜਿਹੜੀ ਆਪਣੀ ਰਹਿਤਲ ਹੈ ਉਹਨੂੰ ਅਗਲੀ نسل ਚ منتقل ਕਰਨ ਵਾਸਤੇ ਉਹਦੇ ਨਾਲ ਇੱਕ ਜੁੜਤ ਬਣਾਉਣ ਵਾਸਤੇ ਇੱਕ ਬ੍ਰਿਜ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਨਾਲ ਉਸ ਜ਼ੁਬਾਨ ਚ ਗੱਲਾਂ ਕੀਤੀਆਂ ਜਾਣ ਜਿਹੜੀ ਜ਼ੁਬਾਨ ਰਾਏਜ ਹੈ ਜੁੜੇ ਅਕਨ ਸਾਹਿਬ ਤੇ ਜਨਾਬੇ ਅਹਿਮਦ ਸੁਹੇਲ ਸਾਹਿਬ ਇਹ ਬੜੇ ਉਹ ਤੇ ਚਲੇ ਗਏ ਦੁਨੀਆ ਤੋਂ ਬਾਹਰ ਇੱਕ ਘਰ ਬੜਾ ਖੁਸ਼ਨਸੀਬ ਘਰ ਹੈ ਜਿਸ ਘਰ ਵਿੱਚ ਫਕੀਰ ਮੁਹੰਮਦ ਫਕੀਰ ਜੈਸਾ ਬੋਰਡ ਲੱਗਾ ਤੇ ਉਹਦੀ ਛਾਵੇਂ ਇਹ ਬੈਠੇ ਦੂਜੀ ਗੱਲ ਕਿ ਬੱਚ ਸਭ ਦੀ ਕਿ ਕਦੀ ਅਸੀਂ ਕਿਸੇ ਵੱਡੇ ਆਦਮੀ ਦਾ ਟੁਰ ਜਾਣਾ ਦੁਨੀਆ ਤੋਂ ਸੁਣਦੇ ਸਨ ਤੇ ਇਹ ਜਿਹੜਾ ਅਖਬਾਰ ਹੈ ਉਹ ਦੀ ਭਾਰਤਪੁਰ ਇੱਕ ਸਫਾ ਚਪਦਾ ਹੁੰਦਾ ਸੀ ਤੇ ਵੇਖ ਕੇ ਰਾਨੀ ਹੁੰਦੀ ਸੀ ਯਾਰੇ ਤੇ ਜਿਹੜੇ ਵੀ ਦੂਸਰੇ ਲਿਖਣ ਵਾਲੇ ਸਨ ਤੇ ਪੰਜਾਬੀ ਕਿਸੇ ਬੰਦੇ ਦਾ ਕਦੀ ਕੋਈ ਸਫਾ ਨਹੀਂ ਸੀ ਸਪੇ छਪਿਆ ਭਾਵੇਂ ਕਿੱਡੇ ਵੱਡਾ ਵੀ ਬੰਦਾ ਹੋਵੇ ਬਸ ਇੱਕ ਨੁਕੜ ਚ ਖਬਰ ਲੱਗ ਜਾਂਦੀ ਸੀ ਲੇਕਿਨ ਬਟ ਸਭ ਨੂੰ ਤੇ ਮੁਬਾਰਕਾ ਕਿ ਅੱਜ ਤੁਸੀਂ ਸਾਡੇ ਪੰਜਾਬੀ ਲਖਾਰੀਆਂ ਦੇ ਪੂਰੇ ਪੂਰੇ ਸਫੇ ਛਾਪ ਲਿਓ ਤੁਹਾਨੂੰ ਬਹੁਤ ਬਹੁਤ ਤੇ ਮੁਬਾਰਕ ਜਿਹੜੇ ਕਰਨ ਵਾਲੇ ਕੰਮ ਨੇ ਸੇਲ ਵਾਸਤੇ ਵਟਸਐਪ ਵਾਸਤੇ ਤੇ ਸਾਡੀ ਸਾਰੀ ਤਹਿਰੀਕ ਵਾਸਤੇ ਉਹ ਇਹ ਨੇ ਕਿ ਇਹ ਐਡੇ ਵੱਡੇ ਇਨਸਾਨ ਨੇ ਜਨਾਬ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਜਿਨ੍ਹਾਂ ਦੀ ਯਾਦ ਤਾਜ਼ਾ ਕਰਨਾ ਹੀ ਜੁਨੈਦ ਅਕਰਮ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਉਹ ਮਿਸ਼ਨ ਬਣਾ ਲਿਆ ਸੀ ਸਾਡਾ ਸਾਰਿਆਂ ਦਾ ਉਹ ਬਣਨਾ ਚਾਹੀਦਾ ਮੈਂ 1981 ਦੇ ਵਿੱਚ ਅੱਜ ਤੋਂ 43 44 ਸਾਲ ਪਹਿਲੇ ਪਹਿਲਾ ਪੰਜਾਬੀ ਰਸਾਲਾ ਕਰਾਚੀ ਤੋਂ ਛਾਪਿਆ ਤੇ ਮੈਂ ਇਤਫਾਕ ਨਾਲ ਐ ਸੋਣੀ ਤੇ ਇੱਥੇ ਵੀ ਕਿਧਰੇ ਪਿਆ ਹੋਣਾ ਮੈਂ ਛਾਪ ਰਿਆ ਸਾਂ ਔਰ ਮੇਰੇ ਚੁੰਗੇ ਆਈਡੀਅਲ ਸਨ ਬਚਪਨ ਦੇ ਤੇ ਮੈਂ ਇੱਕ ਮਜ਼ਮੂਨ ਡਾਕਟਰ ਸਾਹਿਬ ਬਾਰੇ ਲੈ ਕੇ ਤੇ ਉਹਦੇ ਵਿੱਚ ਛਾਪਣਾ ਸੀ ਜਿਸ ਜਗ੍ਹਾ ਤੋਂ ਅਸੀਂ ਪੋਜ਼ਿਟਿਵ ਬਣਾਉਂਦੇ ਸਾਂ ਯਾਨੀ ਆਰਟਿਸਟਿਕ ਦਾ ਕੰਮ ਕਰਦੇ ਸਾਂ ਉਹ ਕੋਈ ਡਾਰ ਸਾਹਿਬ ਸਨ ਉਹਨਾਂ ਵੇਖਿਆਨ ਕਿ ਮਜ਼ਮੂਨ ਤੇ ਅੱਛਾ ਹੈ ਲੇਕਿਨ ਨਾਲ ਤਸਵੀਰ ਅੱਛੀ ਨਹੀਂ ਉਹਨਾਂ ਆਪਣੇ ਕੋਲੋਂ ਕੱਢ ਕੇ ਤਸਵੀਰ ਮੈਨੂੰ ਦੇ ਦਿੱਤੀ ਮੈਂ ਇੰਤਹਾ ਹੀ ਇਰਾਨ ਹੋਇਆ ਮੈਂ ਕਿ ਤੁਹਾਡਾ ਡਾਕਟਰ ਫਕੀਰ ਨਾਲ ਕੀ ਤਲਕ ਹੈ ਉਹਨਾਂ ਦੱਸਿਆ ਕਿ ਮੇਰਾ ਵੀ ਹੰਦਾ ਨਹੀਂ ਯਾਨੀ ਤਲਕ ਹੈ ਜੁਨਾਇਦ ਅਕਮ ਦੇ ਹਵਾਲ ਨਾਲ ਯਕੀਨਨ ਸਾਰੇ ਦੋਸਤ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੀ ਉਹ ਨਾਲ ਕੋਈ ਨਾ ਕੋਈ ਕੁਰਬਤ ਮੁਹੱਬਤ ਯਾਦ ਸ਼ਾਮਿਲ ਹੋਏਗੀ ਮੇਰੀਆਂ ਵੀ ਉਹਦੇ ਨਾਲ ਬਹੁਤ ਸਾਰੀਆਂ ਯਾਦਾਂ ਸਨ ਜੁਨਾਇਦ ਬਤੌਰ ਇਨਸਾਨ ਤੇ ਮੈਸਮੇਨਾ ਕਿ ਚੁਕੀ ਬਹੁਤ ਹੀ ਬੀਬਾ ਔਰ ਪਿਆਰਾ ਆਦਮੀ ਸੀ ਲੇਕਿਨ ਉਹਦੀਆਂ ਪੰਜਾਬੀ ਦੇ ਹਵਾਲੇ ਨਾਲ ਜਿੰਨੀਆਂ ਜੇਹਤਾਂ ਨੇ ਉੱਤੇ ਤੇ ਬਹੁਤ ਗੱਲ ਕੀਤੀ ਜਾ ਸਕਦੀ ਹੈ ਬੜੀ ਲੰਮੀ ਗੁਫ਼ਤਗੋਈ ਹੋ ਜਾ ਸਕਦੀ ਹੈ ਔਰ ਮੇਰੇ ਇਹ ਜਿੰਦੀਆਂ 3 4 5 ਨਿਸ਼ਿਸ਼ਤਾਂ ਚ ਵੀ ਉਹ ਗੱਲਾਂ ਮੁਕੰਮਲ ਨਹੀਂ ਹੋਣਗੀਆਂ ਮੁਹੰਮਦ ਜੁਨਾਇਦ ਅਕਰਮ ਦੀ ਸ਼ਾਹਰੀ ਉੱਤੇ حضرت ਡਾਕਟਰ ਫਕੀਰ ਮੁਹੰਮਦ ਔਰਾਂ ਦਾ ਘੋੜਾ ਛਾਪਰ ਇੰਜ ਲੱਗਦਾ ਜਿਵੇਂ حضرت ਉਰੀ ਉਹਦੇ ਅੰਦਰ ਲੁਕੇ ਬੈਠੇ ਉਹਨਾਂ ਦੀ ਸ਼ਾਇਰੀ ਮਜ਼ਹਬ ਤਸੱਵੁਫ ਸਿਆਸਤ ਤਾਰੀਖ ਤੇ ਫਲਸਫੇ ਦਾ ਰੰਗ ਸ਼ਰਕ ਦਾ ਇਕੱਠ ਦੇ ਅਖੀਰ ਉੱਤੇ ਪ੍ਰੋਫੈਸਰ ਜੁਨੈਦ ਅਕਰਮ ਹੋਰਾਂ ਦੇ ਵੱਡੇ ਵੀਰ ਤੇ ਮਹਾਨ ਫਨਕਾਰ ਸੁਹੇਲ احمد ਹੋਰਾਂ ਗੱਲਬਾਤ ਕਰਦੇ ਆ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਘਟ ਅੰਦਰ ਹੁੰਦਾ ਸੀ ਜਾਂ ਬਾਹਰ ਮਰਮ ਲਾਨ ਦਾ ਢਾਂਗ ਉਹਨੂੰ ਖੂਬ ਆਉਂਦਾ ਸੀ ਗੁਰਾਏ ਪੈ ਜਾਣਾ ਤੇ ਉਹਨੇ ਜ਼ਿੰਦਗੀ ਦੇ ਰਾਹਾਂ ਦਾ ਨਕਸ਼ਾ ਖੋਲ ਕੇ ਅੱਗੇ ਧਰ ਦੇਣਾ। ਟੋਰ ਹੋਲੀ ਹੁੰਦਿਆਂ ਵੇਖ ਕੇ ਜੀਬ ਦਾ ਛਾਂਟਾ ਵੀ ਕੱਢ ਮਾਰਦਾ ਸੀ ਤੇ ਸਬੀਟਾਂ ਵਟਨ ਤੇ ਨਸੀਤਾਂ ਦੀਆਂ ਬਾਗਾਂ ਨਾਲ ਮੱਠਾ ਵੀ ਕਰ ਲੈਂਦਾ ਸੀ। ਮੌਕ ਦੀ ਗੱਲ ਏ ਵੇ ਕਿ ਜਿੰਨੂੰ ਜਿਉਂਦੇ ਜੀ ਨਿਕਾ ਭਰਾ ਸਮਝਦਾ ਸਾਂ ਉਹ ਮਾਰ ਕੇ ਮੁਰਸ਼ਿਦ ਨਿਕਲਿਆ। ਜੀ ਜੀ ਮੁਰਸ਼ਿਦ 'ਚ ਹੋਰ ਕਿਹੜੀ ਸਿਫਤ ਹੁੰਦੀ ਹੈ ਜਿਹੜੀ ਉਹਦੇ ਵਿੱਚ ਨਹੀਂ ਸੀ ਨਜ਼ਰ ਵੱਲੋਂ ਐਡਾ ਦੂਰ ਅੰਦੇਸ਼ੀ ਕਿ ਕੁਝ ਜੋੜਿਆ ਹੀ ਨਹੀਂ ਕਿਉਂ ਜੇ ਦੂਰ ਕਵਰ ਵੇਖ ਬੈਠਾ ਸੀ ਔਰ ਸਮਝ ਗਿਆ ਸੀ ਕਿ ਖਾਲੀ ਹੱਥ ਹੀ ਉਤਰਨਾ ਪੈਣਾ ਹੈ ਤੇ ਫੇਰੇ ਭਾਰ ਚੁੱਕਣ ਦੀ ਕੀ ਲੋੜ ਹੈ ਮੈਂ ਇਸ ਮੁਰਸ਼ਿਦ ਨੂੰ ਯਾ ਬਾਲ ਵੇਖਿਆ ਯਾ ਬਾਬਾ ਬਾਲ ਇਸ ਗੱਲੋਂ ਕਿ ਅਕਸਰ ਮਾਂ ਦੇ ਖਿਆਲਾਂ ਦੀ ਕੁਛੜੀ ਚੜਿਆ ਰਹਿੰਦਾ ਸੀ ਬਾਬ ਇਸ ਲਈ ਕਿ ਕੁਛੜੋਂ ਲੈ ਕੇ ਫੌਰਨ شعور ਦੀ ਢਾਂਗ ਫੜ ਲੈਂਦਾ ਸੀ ਸਰਕਾਰ ਦੀ ਸਰਦਲ ਦੀ ਮਿੱਟੀ ਸਿਰ 'ਚ ਪਾੰਦਾ ਆਸ਼ਰ ਜਾਪਦਾ ਸੀ ਤੇ ਡਾਢੀ ਬਿਮਾਰੀ ਦੇ باوجود ਰੱਬ ਦੇ ਕਰਮਾਂ ਦੇ ਵੇੜੇ ਵਿੱਚ ਨੱਚਦਾ ਮਸ਼ੂਕ ਜਾਪਣ ਲੱਗ ਪੈਂਦਾ ਸੀ ਸਦਰਾਂ ਵੱਲੋਂ ਮੂੰਹ ਮੋੜੀ ਬੈਠਾ ਸਾਬਰ ਤੇ ਦੂਜਿਆਂ ਦੀਆਂ ਖੁਸ਼ੀਆਂ ਤੇ ਖੁਸ਼ ਹੋਣ ਵਾਲਾ ਇਹ ਸ਼ਾਕਰ ਮੇਰੀਆਂ ਅੱਖਾਂ ਨੇ ਕਦੀ ਵੀ ਆਪਣੇ ਰੱਬ ਨਾਲ ਗਿਲਾ ਕਰਦਾ ਨਹੀਂ ਵੇਖਿਆ ਛਾਬੇ ਵਿੱਚ ਪਈਆਂ ਤੇ ਬੰਦਾ ਵੰਡ ਲੈਂਦਾ ਹੈ ਆਪਣੇ ਲਈ ਤੋੜੀ ਬੁਰਕੀ ਦੂਜੇ ਦੇ ਮੂੰਚ ਪਾਉਂਦਾ ਸੀ 16 ਸਾਲ ਲਉ ਸਾਫ ਕਰਦੀ ਮਸ਼ੀਨਾਂ ਚੜਿਆ ਰਿਆ ਪਰ ਜਦ ਵੀ ਕਿਸੇ ਨੇ ਉਹਨੇ ਪਰ ਜਦ ਵੀ ਕਿਸੇ ਨੇ ਉਹਦੇ ਕੰਨਾਂ ਤੇ ਹਾਲ ਪੁੱਛਣ ਦੀ ਛੱਟ ਮਾਰੀ ਤੇ ਉਹਦੇ ਮੂੰਹੋਂ ਸ਼ੁਕਰ ਅਲ الحمدੁਲਿਲਾ ਹੀ ਨਿਕਲਿਆ ਰੱਬ ਦੀ ਸੌ ਉਹਦਾ ਜਿਗਰਾ ਉਹਦੇ ਸੀਨੇ ਦੀ ਚੁੜਾਈ ਉਹ ਕਿਤੇ ਵੱਡਾ ਸੀ ਅਕਸਰ ਨਿਕਾਜਿਆ ਬਾਲ ਮੇਰੇ ਅੰਦਰ ਵੜ ਕੇ ਖੇਡਣ ਲੱਗ ਪੈਂਦਾ ਤੇ ਜਾਣ ਲੱਗਿਆ ਮਾਂ ਵਾਂਗੂ ਮੇਰੇ ਸਾਰੇ ਖਡਾਉਣੇ ਸਾਹਮਣੇ ਜਾਂਦਾ ਸੀ ਪੰਜਾਬ ਹਾਊਸ ਵਿੱਚ ਮਾਂ ਬੋਲੀ ਦੇ ਸੇਵਕਾਂ ਨੂੰ ਯਾਦ ਕਰਨ ਦੀ ਰੀਤ ਅੱਗੇ ਵਧ ਰਹੀ ਹੈ ਜਿਹੜੀ ਸਾਡੀ ਨਵੀਂ ਨਸਲ ਨੂੰ ਪੰਜਾਬੀ ਬੋਲੀ ਤੇ ਰਹਿਤ ਨਾਲ ਜੋੜਨ ਦਾ ਕਾਰਨ ਬਣੇਗੀ ਕੈਮਰਾ ਟੀਮ ਮੁਹੰਮਦ ਫਰੂਕ ਤੇ ਮੁਹੰਮਦ ਛਰੀਆਰ ਦੇ ਨਾਲ ਰਿਜ਼ਵਾਨ ਅਸਕਰ ਬੱਟ ਉਲੇਖਾ ਟੀਵੀ ਲਾਹੌਰ